जलंधर विच एक पत्नी वालों अपने पति नूं उसकी भाभी नाल फड़े जाण ते उल्टा उस नाल कुट मार करन दे दोष लगाए गए हन। जलंधर दे उपकार नगर दी रहण वाली सारिका ने अपने पति ते इल्जाम लगाए कि उसके पति दे अपनी भाभी नाल नजायज संबंध सन। सारिका ने कहा कि वह अपने पेके घर आई हुई सी कि उसका पति उसनूं ये कह के जांदा सी कि वह ऑफिस जा रहा है। उसनूं उस ते शक सी कि उसके अपनी भाभी नाल नजायज संबंध हन ते अज उसने अपने पति अते उसकी भाभी नूं बिस्तर ते कठिया फड़ लिया तां उसके पति अते उसकी भाभी वालों उल्टा उसकी मार कुटाई करनी शुरू कर दिती। उसने दस्या कि उसकी भैण अते भरा ने आके उसनूं बचाया अते हस्पताल दाखिल करवाया। पर अज मैं देख लिया रंगे हाथ। फिर उन्होंने मेरी सस ने कांता सचदेवा जिन्हों का नाम है उन्होंने मैनू मारिया कुटिया, गौरव ने मैनू मारिया, ममता ने मैनू मारिया। उन्होंने जो ममता के जोड़े डैडी है ना चरणजीत वह भी गाला कटते हैं मैनू, बस मेरा गला भी दबाता गौरव ने। तो अब मैं मरनों बची हाँ, मेरा भरा मसी पहुंचे मर जाना सी बिल्कुल भी। मेरी एक मासी और दीदी है वह भी मैंने बचाने वास्ते आई, बस एक मिनट का फर्क सी बची मैं अभी बची हाँ। पर मैं अज उन्होंने घरों फड़िया किन्ना देर करो उन्होंने घरों फड़िया। अच्छा जी, मेरा नाम प्रीति। गल ए हुई सी जी असि घरे काम करते पे सी, ਇਹ ਅਚਾਨਕ ਹੀ ਨਿਕਲ ਗਈ। ਇਹਨੂੰ ਇਹਦੇ ਹਸਬੈਂਡ ਰੋਜ਼ ਕਹਿ ਕੇ ਜਾਂਦੇ ਸੀ ਕਿ ਵੀ ਮੈਂ ਆਫਿਸ ਚੱਲਾਂ ਆਫਿਸ ਚੱਲਾਂ ਆਫਿਸ ਚੱਲਾਂ, ਉਹ ਆਫਿਸ ਨਹੀਂ। ਅੱਜ ਇਹਨੇ ਰੰਗੇ ਹੱਥੋਂ ਉਹਨਾਂ ਨੂੰ ਫੜ ਲਿਆ। ਇਹਨੂੰ ਡਾਊਟ ਸੀਗਾ ਕਿ ਵੀ ਮੇਰੀ ਇਹਦੇ ਭਰਜਾਈ ਨਾਲ ਚੱਕਰ ਚੱਲਦਾ ਪਿਆ ਆ। ਇਹਨੇ ਅੱਜ ਜਦੋਂ ਫੜਿਆ ਤਾਂ ਉਹ ਦੋਨੇ ਲੇਟੇ ਹੋਏ ਸੀ ਅਤੇ ਭਰਜਾਈ ਉਹਨਾਂ ਦੀ ਨਾਲ ਸੀਗੀ ਅਤੇ ਮੰਮੀ ਉਹਨਾਂ ਦੀ ਨਾਲ ਦੂਜੇ ਕਮਰੇ 'ਚ ਬੈਠੀ ਸੀ। ਜਦੋਂ ਇਹਨੇ ਫੜਿਆ ਤਾਂ ਉਹਨਾਂ ਨੇ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਮੌਕੇ ਤੇ ਦੋਨੇ ਫੜ ਲਏ। ਵਿਆਹ ਨੂੰ 2 ਸਾਲ ਹੋ ਚੱਲੇ ਜੀ। ਆਪਣੀ ਫੋਟੋ ਖਿੱਚ ਕੇ ਲੈ ਆਂਦਾ ਸੀ ਵੀ ਮੈਂ ਆਫਿਸ ਚ ਹਾਂ, ਸ਼ਾਮ ਨੂੰ ਆ ਕੇ ਇਹਨੂੰ ਦਿਖਾ ਦਿੰਦਾ ਸੀ। ਇਹ ਵੀ ਮੰਨ ਲੈਂਦੀ ਸੀ ਠੀਕ ਆ, ਇਹ ਨੀ ਸਾਨੂੰ ਪਤਾ ਇਹ ਵੀ ਕਿਹੜੀ ਸਾਜਿਸ਼ ਨਾਲ ਗਈ ਕਿਹੜੀ ਨਹੀਂ ਕਿਹੜੇ ਦਿਮਾਗ ਨਾਲ। ਜਦੋਂ ਇਹ ਗਈ ਤੇ ਉਹ ਦੋਨੇ ਲੇਟੇ ਹੋਏ ਸੀ, ਮੰਮੀ ਪਰਲੇ ਕਮਰੇ 'ਚ ਬੈਠੀ ਹੋਈ ਸੀ ਤੇ ਉਹਨਾਂ ਨੇ ਫੜ ਕੇ ਜਦੋਂ ਇਹਨੇ ਉਹਨਾਂ ਨੂੰ ਫੜਿਆ, ਇਹਨੇ ਵੀ ਫੜਿਆ, ਇਹ ਨਹੀਂ ਕਿ ਨਹੀਂ, ਜਦੋਂ ਇਹਨੇ ਫੜਿਆ ਤੇ ਉਹਨਾਂ ਨੇ ਇਹਨੂੰ ਦਬੋਚ ਲਿਆ, ਫਿਰ ਕੁੜੀ ਨੂੰ ਮਾਰ ਕੁਟਾਈ ਸ਼ੁਰੂ ਕਰ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਜਮੇਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਪਕਾਰ ਨਗਰ ਦੀ ਰਹਿਣ ਵਾਲੀ ਇੱਕ ਲੜਕੀ ਸੀਗੀ, ਸਾਰਿਕਾ ਨਾਂ ਆਇਆ ਉਹਦਾ, ਤੇ ਉਹਦੇ ਹਸਬੈਂਡ ਦਾ ਨਾਂ ਹੈ, ਉਹਨਾਂ ਨੇ MLR ਭੇਜੀ ਸੀਗੀ ਤੇ ਟੰਡਾਲਾ ਦੇ ਵਿੱਚ ਉਹਦੇ ਕੋਲ ਸੱਟਾਂ ਲੱਗਣੀਆਂ ਪਈਆਂ ਗਈਆਂ। ਬਾਕੀ ਸਵੇਰ ਨੂੰ ਅਸੀਂ ਉਹਦਾ ਬਿਆਨ ਹਾਸਲ ਕਰਕੇ ਜੇ ਅਸੀਂ ਕਰਦੇ ਹੋਈਏ। ਤੇ ਸਰ ਹਜੇ ਤੱਕ ਜੋ ਸਾਹਮਣੇ ਕੀ ਆਇਆ ਵਾ ਇਹਨਾਂ ਦੇ ਪਤਾ ਕਰ, ਇਹਦੇ ਨਾਲ ਥੋੜ੍ਹਾ ਕੁੜੀ ਦੇ ਆਪਣੇ ਸਹੁਰਿਆਂ ਦੇ ਨਾਲ ਜਿਹੜਾ ਉਹਦੇ ਕੋਈ ਮਕਸਦ ਹੈਗੇ ਉਹਨਾਂ ਨੂੰ ਲੜਾਈ ਝਗੜਾ ਉਹਨੇ ਕੀਤਾ ਆਪਣੇ ਸਹੁਰੇ ਪਰਿਵਾਰ ਨਾਲ ਗਿਆ ਕੇ। ਜਲੰਧਰ ਤੋਂ ਵਰਿੰਦਰ ਸਿੰਘ, ਜੀਵੇ, ਪੰਜਾਬ ਟੀਵੀ।